ਆਪਣਾ ਬੂਟਾ ਗੁਲਾਮੀ ਵਾਲਾ ਕੋਟ ਹੀ ਸੀਗਾ ਜ਼ਿਲ੍ਹਾ ਮੋਗਾ ਤੋਂ ਅਕਸਰ ਤੁਹਾਨੂੰ ਕਿਸੇ ਨਾ ਕਿਸੇ ਖਾਸ ਸ਼ਖਸੀਅਤ ਦੇ ਨਾਲ ਬਣਾਉਂਦੇ ਰਹੀਦਾ ਜਿਹੜੇ ਬਣਾਉਂਦੇ ਨੇ ਪੁਰਾਤਨ ਚੀਜ਼ਾਂ ਤੇ ਪੁਰਾਤਨ ਚੀਜ਼ਾਂ ਦੇ ਵਿੱਚ ਜਦੋਂ ਘਰਾਂ ਦੇ ਵਿੱਚ ਵਿਆਹ ਕੇ ਵਹੁਟੀਆਂ ਲਿਆਈਦੀਆਂ ਨੇ ਤੇ ਉਹਨਾਂ ਦੇ ਹੱਥਾਂ ਦੇ ਵਿੱਚ ਉਹਨਾਂ ਦੇ ਬਾਹਾਂ ਦੇ ਵਿੱਚ ਚੂੜਾ ਪਾਇਆ ਹੁੰਦਾ ਲਾਲ ਤੇ ਇਹ ਬਾਪੂ ਜੀ ਜਿਹੜੇ ਅੱਜ ਮੇਰੇ ਨਾਲ ਨੇ ਇਹਨਾਂ ਦਾ ਨਾਂ ਹੈ ਸਤਨਾਮ ਸਿੰਘ ਖੋਸਾ ਰਣਧੀਰ ਤੋਂ ਇਹ ਮੇਰੇ ਨਾਲ ਬੈਠੇ ਨੇ ਅੱਜ ਤੇ ਇਹ ਬਣਾਉਂਦੇ ਨੇ ਉਹ ਚੂੜਾ ਤੇ ਕਰਦੇ ਹਾਂ ਬਾਪੂ ਜੀ ਨਾਲ ਗੱਲਾਂ ਕਿ ਉਹ ਚੂੜਾ ਕਿਵੇਂ ਤਿਆਰ ਹੁੰਦਾ ਤੇ ਕਿਵੇਂ ਉਹਦੀ ਕਿੰਨੀ ਮਿਹਨਤ ਲੱਗਦੀ ਹੈ ਇਹ ਗੱਲਾਂ ਮੈਂ ਸਾਰੀਆਂ ਤੁਹਾਨੂੰ ਬਾਪੂ ਜੀ ਨਾਲ ਆਪਾਂ ਕਰਕੇ ਦੱਸਦੇ ਹਾਂ। ਹਾਂਜੀ ਬਾਪੂ ਜੀ ਧੰਨਵਾਦ ਜੀ ਤੁਹਾਡਾ ਸਵਾਗਤ ਹੈ ਜੀ। ਨਾਂ ਦੱਸੋ ਜੀ ਆਪਣਾ ਤੁਹਾਡਾ ਨਾਂ ਸਤਨਾਮ ਸਿੰਘ ਹੈ ਜੀ। ਤੇ ਬਾਪੂ ਜੀ ਸਾਰੇ ਤੋਂ ਪਹਿਲਾਂ ਇਹ ਦੱਸੋ ਕਿ ਤੁਹਾਨੂੰ ਇਹ ਚੂੜਾ ਬਣਾਉਂਦਿਆਂ ਨੂੰ ਟਾਈਮ ਕਿੰਨਾ ਹੋ ਗਿਆ? ਅਸੀਂ ਜੀ ਸਨ 70 ਦੇ ਵਿੱਚ ਕੰਮ ਸਿੱਖਣ ਵਾਸਤੇ ਅੰਮ੍ਰਿਤਸਰ ਗਏ। ਅੱਛਾ। ਤੇ ਸਨ 72 ਦੇ ਵਿੱਚ ਅਸੀਂ ਕੰਮ ਸਿੱਖ ਲਿਆ ਸੀ ਜੀ। ਅੱਛਾ। ਫਿਰ ਅਸੀਂ 72 ਦੇ ਵਿੱਚ ਕੰਮ ਕਰਦੇ ਰਹੇ, 72 ਦੇ ਵਿੱਚ ਕੰਮ ਕਰਦੇ ਕਰਦੇ ਤੇ ਹੁਣ ਸਮਝ ਲਓ ਤੁਸੀਂ 53-54 ਸਾਲ ਹੋ ਗਏ। ਅੱਛਾ। ਤੇ ਵਧੀਆ ਬਸ ਆਪਦਾ ਟਾਈਮ ਪਾਸ ਕਰੀ ਗਏ। ਹਾਂਜੀ। ਅੱਛਾ। ਆਪਣੇ ਬੱਚੇ ਪੜ੍ਹਾਏ, ਕੰਮ ਸਿਖਾਏ ਉਹਨਾਂ ਨੂੰ। ਅੱਛਾ। ਵੱਡਾ ਲੜਕਾ ਆਪਣਾ ਦੁਬਈ ਗਿਆ ਹੈ। ਅੱਛਾ। ਉਹ ਫੋਰਮੈਨ ਹੈ ਉੱਥੇ। ਅੱਛਾ। ਤੇ ਇੱਕ ਲੜਕਾ ਆਪਣਾ ਇੱਥੇ ਹੈ ਤੇ ਹੁਣ ਸਾਨੂੰ ਕਹਿੰਦੇ ਤੁਸੀਂ ਕੰਮ ਨਹੀਂ ਕਰਨਾ। ਕੁਦਰਤੀ ਸਾਨੂੰ ਮਹਾਰਾਜ ਨੇ ਦਿੱਤੀ ਦੇਣ। ਹਾਂਜੀ। ਅਸੀਂ ਪੀੜੀ ਦਰ ਪੀੜੀ ਚੱਲਦੀ ਹੁੰਦੀ। ਹਾਂਜੀ, ਸਾਡੀ ਭੂਆ ਜੀ ਦੇ ਲੜਕੇ ਬਣਾਉਂਦੇ ਸੀ ਅੰਮ੍ਰਿਤਸਰ। ਅੱਛਾ। ਅਸੀਂ ਉੱਥੇ ਗਏ ਤੇ ਮੈਂ ਕਿਹਾ ਮੈਨੂੰ ਕਹਿੰਦੇ ਤੁਸੀਂ ਦਾਖਲਾ ਲੈ ਲਓ ਆਰਾਮ ਕਰੀਏ ਸਕੂਲ ਦੇ ਵਿੱਚ ਤੇ ਤੁਸੀਂ 8ਵੀਂ ਪੜ੍ਹਨ ਲੱਗ ਜਾਓ। ਅਸੀਂ ਪੜ੍ਹ ਕੇ ਇੱਥੋਂ ਗਿਆ ਸਾਂ ਮਿਲਣ ਵਾਸਤੇ। ਮੈਨੂੰ ਕਹਿੰਦੇ ਤੁਸੀਂ ਨਿੱਕਾ ਜਿਹਾ ਰਹਿ ਜਾਏਗਾ, ਵੱਡਾ ਨੀ ਹੋਣਾ। ਅੱਛਾ। ਤੇ ਉਹ ਲੰਮੇ ਜਵਾਨ ਸੀ ਦੂਜੇ, ਮੈਂ ਕਿਹਾ ਨਿੱਕਾ ਜਿਹਾ ਤੇ ਰਹਿ ਜਾ ਯਾਰ, ਮੈਂ ਕੰਮ ਹੀ ਇਹੋ ਸਿੱਖਣਾ। ਮੈਂ ਵੀ ਜਦੋਂ ਤੁਹਾਨੂੰ ਪਹਿਲੀ ਵਾਰ ਵੇਖਿਆ ਨਾ, ਮੈਂ ਕਿਹਾ ਬਾਪੂ ਬਣਾਉਣਾ ਬੜੀ ਤਗੜੀ ਚੀਜ਼ ਆ ਤੇ ਹੈਗਾ ਏਡਾ ਕੀ ਆ। ਤੇ ਮੇਰਾ ਸਵਾਲ ਉਹ ਰਹਿ ਨਾ ਜਾਵੇ, ਬੜਾ ਪ੍ਰਚਲਿਤ ਹੁੰਦਾ ਸੀ ਇਹਦੇ ਦੰਦ ਦਾ ਚੂੜਾ, ਬੜਾ ਪ੍ਰਚਲਿਤ ਹੁੰਦਾ, ਬੜਾ ਮਸ਼ਹੂਰ ਰਿਹਾ, ਉਹਦੇ ਬਾਰੇ ਸੁਣੋ। ਹੁਣ ਚੱਲਦਾ ਹੈ, ਬੰਦ ਹੋ ਗਿਆ, ਕੀ ਚੱਕਰ? ਹੁਣ ਦੇਖ, ਜਦੋਂ ਮੈਂ ਕੰਮ ਸਿੱਖਣ ਗਿਆ ਸਾ ਉਦੋਂ ਇਮੀਟੇਸ਼ਨ ਦਾ ਮਸਾਲਾ ਚੱਲਦਾ ਸੀ ਜਪਾਨ ਦਾ। ਉਹਦੇ ਵਿੱਚ ਵੀ ਬੜਾ ਰਾਗ ਸੀ, ਬੜਾ ਕਾਰੀਗਰੀ ਸੀ ਉਹਦੇ ਵਿੱਚ। ਹਾਂਜੀ। ਤੇ ਮਗਰ ਉਸ ਤੋਂ ਬਾਅਦ ਚ ਆ ਗਿਆ ਜੀ ਪਲਾਸਟਿਕ ਦਾ ਚੂੜਾ। ਅੱਛਾ। ਇਹ ਪਲਾਸਟਿਕ ਦਾ ਚੂੜਾ ਹੈ, ਪਲਾਸਟਿਕ ਦਾ ਚੂੜਾ ਜਿਹੜਾ ਹੈ ਮਤਲਬ ਕਿ ਇਹਦੀ ਅਸੀਂ ਗਰੰਟੀ ਦੇ ਦਿੰਦੇ ਵੀ ਇੱਕ ਸਾਲ ਨਹੀਂ ਟੁੱਟਦਾ। ਅੱਛਾ। ਰੰਗ ਸਾਡਾ ਨਹੀਂ ਉਤਰਦਾ ਇੱਕ ਸਾਲ। ਅੱਛਾ। ਹਾਂਜੀ। ਤੇ ਜਿਹੜਾ ਮਗਰੋਂ ਬਾਅਦ ਦੇ ਵਿੱਚ ਆ ਗਿਆ ਸਿੱਪ ਦਾ ਚੂੜਾ। ਅੱਛਾ। ਉਸ ਜਿਹੜਾ ਸਿੱਪ ਦਾ ਚੂੜਾ ਆਇਆ ਨਾ ਤੇ ਉਹਨੇ ਸਾਡਾ ਕੰਮ ਡਾਊਨ ਕੀਤਾ। ਅੱਛਾ। ਹੁਣ ਸਿੱਪ ਡਾਊਨ ਹੋ ਗਈ ਫੇਰ। ਅੱਛਾ। ਇਹ ਫੇਰ ਅਬਲ ਦਰਜੇ ਦੇ ਕੰਮ ਆ ਗਿਆ ਤੇ ਜਿਹੜੀ ਕਾਰੀਗਰ ਸੀ ਉਹ ਕੰਮ ਛੱਡ ਕੇ ਉਹ ਕਹਿੰਦੇ ਜੀ ਛੱਡੋ, ਕਰਾ ਦਫਾ ਕਰੋ ਯਾਰ, ਅਸੀਂ ਨਹੀਂ। ਉਹ ਸਵਾਲ ਮੇਰਾ ਉੱਥੇ ਰਹਿ ਗਿਆ ਕਿ ਉਹ ਹਾਥੀ ਦੇ ਦੰਦ ਦਾ ਕਿਵੇਂ ਬਣਦਾ ਸੀ? ਹਾਥੀ ਦੇ ਦੰਦ ਕੱਢਦੇ ਸੀ, ਕੀ ਕਰਦੇ ਸੀ ਉਹ ਬਣਾਉਂਦੇ ਸੀ? ਉਹ ਹਾਥੀ ਦੇ ਦੰਦ ਦਾ ਜਰੂਰ ਬਣਦਾ ਸੀ, ਇੱਕ ਹਾਥੀ ਦੰਦ ਦਾ ਇੱਕ ਪੀਸ, ਜਿਹੜੇ ਹਾਥੀ ਦਾ ਦੰਦ ਜਿਹੜਾ ਵੇਖਣ ਵਾਲਾ ਮਤਲਬ ਥੱਲੇ ਵਾਲਾ, ਥੱਲੇ ਉਹ ਬਰੀਕ ਪਤਲਾ ਹੁੰਦਾ ਜਾਂ ਸਿਰ ਦੇ ਮੋਟਾ ਮੋਟਾ ਹੁੰਦਾ, ਉਹ ਨਾ ਘੱਟ ਤੋਂ ਘੱਟ ਕੁਇੰਟਲ ਦੀ ਜੋੜੀ ਹੋ ਜਾਂਦੀ ਹੈ, 100 ਕਿਲੋ ਤੋਂ ਵੱਧ ਜੋੜੀ। ਹਾਥੀ ਦੇ ਦੋ ਦੰਦ ਜਿਹੜੇ ਕੁਇੰਟਲ ਤੋਂ ਉੱਤੇ ਹੋ ਜਾਂਦੇ, ਖੁਦ ਮੈਂ ਵੇਖੇ ਹੋਏ ਆ।
ਉਹ 3.5 ਫੁੱਟ ਪੌਣੇ 4 ਫੁੱਟ ਲੰਮਾ ਹੋ ਜਾਂਦਾ ਦੰਦ ਜਿਹਾ ਵੱਡੇ ਹਾਥੀ ਦਾ। ਅੱਛਾ ਤੇ ਉਹਦੇ ਵਿੱਚੋਂ ਕਿੰਨੇ ਚੂੜੇ ਨਿਕਲਦੇ ਹੋਣਗੇ? ਕਿੰਨੇ ਮਤਲਬ ਕਿ ਉਹਨੂੰ ਬਹੁਤ ਵਧੀਆ ਬਣਾਉਂਦੇ ਸੀ ਢੰਗ ਨਾਲ, ਜਿਸ ਤਰ੍ਹਾਂ ਆਹ ਚੀਜ਼ ਮੈਂ ਲਾਈ ਹੈ। ਅੱਛਾ ਸਾਨ, ਹਾਂ ਇਹਦੇ ਤੇ ਲਾਈ ਹੈ ਨਾ ਸਾਨ, ਇਸੇ ਤਰ੍ਹਾਂ ਇੱਕ ਗੁੱਲਾ ਬਣਾ ਕੇ ਤੇ ਉਹਨੂੰ ਅੱਗੇ ਲਾਖ ਦੇ ਨਾਲ ਉਹ ਅੱਗੋ ਟੁਕੜਾ ਲਾਈਦਾ ਸੀ ਇੱਥੇ ਲਾਈਦਾ ਸੀ, ਲਾ ਕੇ ਤੇ ਮੁੜ ਕੇ ਬਾਅਦ ਵਿੱਚ ਅਸੀਂ ਇਸ ਤਰ੍ਹਾਂ ਅੱਡੇ ਦੇ ਉੱਤੇ ਚੜਾ ਕੇ ਉਹਨੂੰ ਖਰਾਦਣਾ, ਖਰਾਦਣਾ ਉਸ ਤੋਂ ਬਾਅਦ ਲਾਖ ਲਾਉਣੀ ਇਹੋ ਆਹ ਰੰਗ ਜਿਹੜਾ ਸੀ। ਅੱਛਾ ਉਹਨੂੰ ਹਾਥੀ ਦੇ ਦੰਦ, ਹਾਥੀ ਦੇ ਦੰਦ ਨੂੰ ਲਾਖ ਲਾਉਣੀ, ਲਾਖ ਨਾਲ ਮੁੜ ਕੇ ਲਾ ਕੇ ਪੱਧਰਾ ਕਰਨਾ, ਪੱਧਰਾ ਕਰਕੇ ਮੁੜ ਕੇ ਕਟਾਈ ਕਰਕੇ ਮੁੜ ਕੇ ਆਹ ਹਥਿਆਰ ਨਹੀਂ ਸੀ ਹੁੰਦੇ। ਅੱਛਾ ਉਦੋਂ ਹਥਿਆਰ ਇਹ ਬਾਅਦ ਚ ਆਇਆ, ਇਹ ਬਾਅਦ ਚ ਆਇਆ, ਉਦੋਂ ਹਥਿਆਰ ਹੁੰਦਾ ਸੀ ਇੱਥੇ, ਤੁਹਾਨੂੰ ਦਿਖਾਉਣਾ ਇੱਥੇ ਮੈਂ ਰੱਖੇ ਸੀ ਤੁਹਾਡੇ ਹਥਿਆਰ। ਹਾਂਜੀ ਨਹੀਂ ਨਹੀਂ ਅੱਛਾ ਚਲੋ ਕੋਈ ਨੀ, ਤੁਸੀਂ ਉਹ ਹਥਿਆਰ ਸੀ ਉਹ 3 ਕੋਣਾ ਹੁੰਦਾ ਸੀ, ਉਹਦੇ ਨਾਲ ਅੱਗੋ ਲਕੀਰਾਂ ਮਾਰਨੀਆਂ ਕੱਟਣਾ ਤੇ ਇੱਕ ਅੱਗੋ ਫਿਰ ਇਸ ਤਰ੍ਹਾਂ ਦੇ ਬਣਿਆ ਹੁੰਦਾ ਸੀ ਖੁੰਡੀ ਵਾਂਗੂ, ਉਹਨੂੰ ਇਸ ਤਰ੍ਹਾਂ ਝਰੀ ਮਾਰ ਕੇ ਅੰਜ ਤੇ ਥੱਲੇ ਉਹਦੀ ਚੂੜੀ ਕੱਢਣੀ, ਉਹ ਬੜਾ ਕੰਮ ਟੌਪ ਦਾ ਕਾਰੀ ਕਰੀ। ਉਹ ਜਿਹੜਾ ਹਾਥੀ ਦਾ ਦੰਦ ਦਾ ਚੂੜਾ ਹੁੰਦਾ ਸੀ, ਹਾਂਜੀ ਹਾਂਜੀ, ਮੇਰੇ ਖਿਆਲ ਤੋਂ ਖਰਾਬ ਹੀ ਨਹੀਂ ਹੁੰਦਾ ਹੋਣਾ, ਨਹੀਂ ਖਰਾਬ ਨਹੀਂ ਸੀ ਹੁੰਦਾ ਉਹ ਛੇਤੀ, ਰੰਗ ਵੀ ਨਹੀਂ ਸੀ ਉਤਰਦਾ ਉਹਦੇ ਤੋਂ ਛੇਤੀ, ਬਾਕੀ ਉਹ ਕਿੰਨੇ ਵੀ ਚਿਰ ਦਾ ਬੰਦ ਹੋਇਆ ਪੰਜਾਬ ਦੇ ਵਿੱਚੋਂ, ਇੰਡੀਆ ਦੇ ਵਿੱਚੋਂ ਜਾਂ ਸਾਰੀ ਦੁਨੀਆ ਦੇ ਵਿੱਚੋਂ ਕਿੰਨੇ ਵੀ ਚਿਰ ਦਾ ਬੰਦ ਹੋ ਗਿਆ? 55-56 ਸਾਲ ਹੋ ਗਿਆ। ਅੱਛਾ ਉਸ ਤੋਂ ਬਾਅਦ ਫਿਰ ਤੁਸੀਂ ਪਲਾਸਟਿਕ, ਹਾਂਜੀ ਫਿਰ ਪਲਾਸਟਿਕ ਤੇ ਆਹ ਜਿਹੜਾ ਚੂੜਾ ਮੈਂ ਵੇਖ ਰਿਹਾ ਇਹ ਤੁਸੀਂ ਪਲਾਸਟਿਕ ਦਾ? ਹਾਂਜੀ ਇਹ ਪਲਾਸਟਿਕ, ਇਹ ਬੜਾ ਬਰੀਕ ਹੈ ਤੇ ਕਈਆਂ ਬੀਬੀਆਂ ਦੇ ਮੈਂ ਪਾਇਆ ਵੇਖਿਆ ਸੱਜਵੇਂ ਦੇ ਉਹ ਮੋਟੇ ਹੁੰਦੇ ਥੋੜੇ ਜਿਹਾ ਜਿਹੜੇ ਇਹ, ਹਾਂਜੀ ਸਾਡੀ ਮਰਜ਼ੀ ਹੈ ਨਾ ਜਿਵੇਂ ਚੌੜੀ ਬਰੀਕ ਬਣਾ ਦਈਏ। ਹਾਂਜੀ 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 ਪੈਸਿਆਂ ਦਾ ਵੀ ਫਰਕ ਹੁੰਦਾ? ਨਹੀਂ ਪੈਸਿਆਂ ਦਾ ਕੋਈ ਫਰਕ ਨਹੀਂ, ਚੂੜੀ ਦਾ ਫਰਕ ਆ, ਉਹ ਬਰੀਕ ਚੂੜੀ ਹੁੰਦੀ ਹੈ ਜਾਂ ਮੋਟੀ ਚੂੜੀ ਹੁੰਦੀ ਹੈ, ਪੈਸੇ ਇੱਕੋ ਜਿਹੇ ਲੱਗਣੇ। ਹਾਂਜੀ 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 ਜਿਹੜਾ ਮੈਂ ਕਈ ਵਾਰੀ ਵੇਖਿਆ ਕਈਆਂ ਬੀਬੀਆਂ ਦੇ ਤਾਂ ਇੰਨਾ ਕੀ ਪਾਇਆ ਹੁੰਦਾ ਹੈ, ਕਈਆਂ ਦੇ ਇੱਥੋਂ ਤੱਕ ਪਾਇਆ ਹੁੰਦਾ, ਉਹਦਾ ਕੀ ਪ੍ਰੋਸੀਜਰ ਹੈ? ਉਹ ਪ੍ਰੋਸੀਜਰ ਜਿਹਦਾ ਮਤਲਬ ਕਿ ਜਿੰਨੇ ਦੂਰੀ ਵਾਲੀ ਪਾਇਆ ਜਾਂ ਉਹਨਾਂ ਨੇ ਘੱਟ ਪਾ ਲਿਆ, ਜੇ ਆਪੋ ਆਪਣੀ ਪਸੰਦ ਹੈ। ਅੱਛਾ ਕਈ ਜਿਹੜਾ ਜਿਆਦਾ ਪਸੰਦ ਕਰਦੇ ਨੇ ਬੱਚੇ, ਕਈ ਥੋੜਾ ਪਸੰਦ ਕਰਦੇ ਨੇ। ਹਾਂਜੀ ਤੇ ਤੁਸੀਂ ਮਾੜਾ ਜਿਹਾ ਸਾਨੂੰ ਬਣਾ ਕੇ ਵੀ ਵਿਖਾਓ ਵੀ ਕਿਵੇਂ ਤਿਆਰ ਹੁੰਦਾ ਹੈ, ਥੋੜਾ ਬਹੁਤ ਸਾਡੇ ਵੇਖਣ ਵਾਲਿਆਂ ਨੂੰ ਸਾਡੇ ਸੁਣਨ ਵਾਲਿਆਂ ਨੂੰ ਪਤਾ ਵੀ ਲੱਗੇ ਕਿ ਅੱਜ ਬੈਠੇ ਆ ਬੜੇ ਇੱਕ ਕਾਰੀਗਰ ਦੇ ਘਰ ਖੋਸਾ ਰਣਧੀਰ ਦੇ ਵਿੱਚ, ਤੇ ਇਹ ਬਣਾਉਂਦੇ ਨੇ ਜਿਹੜੀਆਂ ਬੀਬੀਆਂ ਨਵ ਵਿਆਹੀਆਂ ਹੁੰਦੀਆਂ ਨੇ ਉਹਨਾਂ ਦੇ ਹੱਥਾਂ ਚ ਚੂੜਾ ਹੁੰਦਾ, ਇਹ ਬਾਪੂ ਜੀ ਉਹ ਚੂੜਾ ਤਿਆਰ ਕਰਦੇ ਨੇ। ਮੰਦਾਰੀ ਸਾਡੇ ਵਾਸਤੇ ਬਹੁਤ ਚੀਜ਼ ਹੈ ਆਹ ਤਾਂ ਯਾਰ, ਕੰਮ ਹੀ ਸੌਖਾ ਹਨਾ ਬਾਬੂ? ਹਾਂਜੀ ਹਾਂਜੀ ਇਹਦਾ ਜਿਹੜਾ ਮਰਜ਼ੀ ਕੰਮ ਬਣਾ ਸਕਦਾ। ਹਾਂਜੀ ਹਾਂਜੀ ਪਰ ਨਹੀਂ, ਕਾਰੀਗਰ ਤੋਂ ਬਿਨਾ ਸਿੱਖੇ ਤੋਂ ਬਿਨਾ ਕੋਈ ਕੰਮ ਨਹੀਂ ਆਉਂਦਾ ਹਨਾ। ਆਹ ਵੇਖ ਲਓ ਸਾਡੇ ਪਾਠਕੋ ਸਰੋਤਿਓ ਦਰਖਸ਼ੋ, ਇਹ ਬਣਦਾ ਜਿਹੜਾ ਸੁਹਾਗ ਦਾ ਚੂੜਾ ਹੁੰਦਾ ਬੀਬੀਆਂ ਦੇ ਹੱਥਾਂ ਚ ਪਾਇਆ ਹੁੰਦਾ, ਨਵੀਆਂ ਵਿਆਹੀਆਂ ਵਹੁਟੀਆਂ ਦੇ ਹੱਥਾਂ ਜਿਹੜੀਆਂ ਉਹ ਸਹੁਰੇ ਘਰ ਚੂੜਾ ਪਾ ਕੇ ਆਉਂਦੀਆਂ ਆਪਦੇ ਪੇਕਿਆਂ ਦੇ ਘਰੋਂ, ਇਹ ਚੂੜਾ ਪਾ ਕੇ ਆਉਂਦੀਆਂ, ਇਹ ਚੂੜਾ ਇਸ ਤਰ੍ਹਾਂ ਤਿਆਰ ਹੁੰਦਾ ਹੈ। ਕਰਾਂਗੇ ਗੱਲਾਂ ਬਾਤਾਂ ਬਾਪੂ ਜੀ ਦੇ ਨਾਲ ਹੋਰ ਵੀ, ਇਹ ਤੁਹਾਨੂੰ ਇੱਕ ਰਾਹ ਵਿਖਾ ਦਈਆ, ਵੇਖ ਲਓ ਤਿਆਰ ਕਰਤਾ ਬਾਪੂ ਨੇ ਮਿੰਟਾਂ ਦੇ ਵਿੱਚ ਇਹ ਚੂੜਾ, ਤੇ ਬਾਪੂ ਜੀ ਰੰਗ ਇਹਨੂੰ ਫਿਰ ਪਹਿਲਾਂ ਕੀਤਾ ਹੁੰਦਾ? ਹੁਣੇ ਰੰਗ ਕੀਤਾ ਸੀ ਵੇਖੋ। ਅੱਛਾ ਅੱਛਾ ਇਹ ਪਲੇਟ ਜਿਹੜਾ ਰੰਗ ਆ ਸਾਰਾ ਰੰਗ ਹੀ ਪਿਆ ਆਹ ਪਲੇਟ ਦੇ ਵਿੱਚ, ਰੰਗ ਪਾ ਕੇ ਤੇ ਫਿਰ ਇਸ ਤਰ੍ਹਾਂ ਘੁਮਾ ਲਈਦਾ ਪੀਸ ਨੂੰ। ਅੱਛਾ ਇਹ ਚਲੋ ਹਾਂ, ਅੱਛਾ ਅੱਛਾ ਪਲੇਟ ਚ ਘੁਮਾ ਦਿੰਦੇ, ਸੁੱਕ ਜਾਂਦਾ ਬਾਅਦ ਚ ਫਿਰ ਠੀਕ ਹੋ ਜਾਂਦਾ। ਵਾਹ ਵਾਹ ਵਾਹ, ਇਹ ਰੰਗ ਕਿੰਨਾ ਕੁ ਚਿਰ ਨਹੀਂ ਉਤਰਦਾ ਬਾਈ? ਇੱਕ ਸਾਲ ਨਹੀਂ ਉਤਰਦਾ ਇਹ।
ਇੱਕ ਸਾਲ ਤੇ ਮੇਰਾ ਬੀਬੀਆਂ ਪਾਉਂਦੀਆਂ ਵੀ ਇੱਕ ਸਾਲ ਹੀ ਨੇ ਨਹੀਂ ਅੱਗੇ ਸਾਲ ਤਾਂ ਪਾਉਂਦੀਆਂ ਇਹਨਾਂ ਰੰਗ ਉੱਤਰ ਜਾਂਦਾ ਹੀ ਲਾਹ ਦਿੰਦੀਆਂ ਹੈ ਹੁਣ ਰੰਗ ਉੱਤਰਦਾ ਨਹੀਂ ਟੁੱਟ ਭਾਵੇਂ ਜਾਏ ਰੰਗ ਨਹੀਂ ਉੱਤਰਨਾ ਇਹਦਾ ਹੁਣ ਜ਼ਿਆਦਾ ਚਿਰ ਪਾ ਦਿੰਦੇ ਹਾਂਜੀ 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 ਅੱਛਾ ਅੱਛਾ ਬੜੇ ਤੇ ਬਾਪੂ ਜੀ ਮੈਨੂੰ ਇਹ ਦੱਸੋ ਕਿ ਜਿਹੜੇ ਇਹ ਚੂੜੇ ਦੇ ਆ ਪੀਸ ਹੁੰਦੇ ਆ ਇੱਕ ਇੱਕ ਹਾਂਜੀ ਹਾਂਜੀ ਕਿੰਨੇ ਪੀਸ ਹੁੰਦੇ ਆ ਇਹ ਚੂੜੇ ਦੇ ਵਿੱਚ 21 ਚੂੜੀਆਂ ਵੀ ਹੁੰਦੀਆਂ ਅੱਛਾ 24 ਚੂੜੀਆਂ ਵੀ ਹੁੰਦੀਆਂ 20 ਚੂੜੀਆਂ ਵੀ ਹੁੰਦੀਆਂ ਇਹ ਕਿਉਂ ਇਹ ਮਤਲਬ ਕਿ ਜਿੰਨੀਆਂ ਇਹ ਕਾਰੀਗਰ ਦਾ ਹਿਸਾਬ ਹੈ ਜਿੰਨੀਆਂ ਮਤਲਬ ਬਣ ਗਈਆਂ ਇਹ ਗਿਣ ਕੇ ਤਾਂ ਬਣਾਉਣੀਆਂ ਨਹੀਂ ਹੈ ਅੱਛਾ ਅੱਛਾ ਅੱਡੋ ਵਾਰੀ ਕਾਰੀਗਰੀ ਹੈ ਜੇ ਅਸੀਂ ਮੈਂ ਤਾਂ ਮਤਲਬ ਜੇ ਅਸੀਂ 20 ਬਣਾਉਣੀਆਂ ਨਾ ਮੈਨੂੰ ਪਤਾ ਮੈਂ 20 ਬਣਾਉਣੀਆਂ ਤਾਂ ਉਹ 20 ਬਣਾਉਣੀਆਂ 21 ਨਹੀਂ ਬਣਨਗੀਆਂ ਅੱਛਾ ਤੇ ਜਿਹੜਾ ਆਹ ਪਾਸੇ ਬਿੰਦੀਆਂ ਵਾਲਾ ਬਣਾਉਂਦੇ ਜੀ ਇਹ ਕਿਵੇਂ ਬਣਾਉਂਦੇ ਜੀ ਇਹ ਜੈਪੁਰੀ ਚੂੜੀ ਲੱਗੀ ਹੋਈ ਹੈ ਅੱਛਾ ਇਹ ਆਪਣੀ ਬਣੀ ਨਹੀਂ ਇਹਦੇ ਉੱਤੇ ਇਹ ਆਪਣੀ ਆਪਣੀਆਂ ਬਣੀ ਆਪਣੀ ਬਣੀ ਤੁਸੀਂ ਵਿਖਾਓ ਇਹੋ ਜਿਹੀਆਂ ਹੁੰਦੀਆਂ ਨੇ ਆਪਣੀਆਂ ਚੂੜੀਆਂ ਬਣੀਆਂ ਅੱਛਾ ਆਹ ਵੇਖੋ ਆ ਬਿੰਦੀਆਂ ਜੀ ਤੁਸੀਂ ਆਪ ਲਾਈਆਂ ਹਾਂਜੀ ਹਾਂਜੀ ਬਿੰਦੀਆਂ ਆਪ ਲਾਈਆਂ ਅੱਛਾ ਅੱਛਾ ਇਹ ਜਿਹੜਾ ਚੂੜੇ ਦਾ ਇਹਨੂੰ ਕੀ ਕਹਿ ਸਕਦੇ ਆ ਵੀ ਪਾਸੇ ਦੋਵੇਂ ਹੁੰਦੇ ਆ ਇਹਨੂੰ ਕਹਿੰਦੇ ਫੈਂਸੀ ਸੁਹਾਗ ਚੂੜਾ ਕਿਹਾ ਜਾਂਦਾ ਫੈਂਸੀ ਸੁਹਾਗ ਚੂੜਾ ਦੋਸਤੋ ਇਹਨੂੰ ਕਹਿੰਦੇ ਆ ਹਾਂਜੀ ਹਾਂਜੀ ਤੇ ਅਜੇ ਫੈਂਸੀ ਚੂੜੀਆਂ ਨੇ ਇਹਨੂੰ ਫੈਂਸੀ ਕਹਿੰਦੇ ਜੀ ਆਮ ਫੈਂਸੀ ਹੁਣ ਤਾਂ ਫੈਂਸੀ ਮਤਲਬ ਕਿ ਗੱਲ ਹੀ ਬਣ ਗਈ ਜੀ ਹਰ ਇੱਕ ਚੀਜ਼ ਫੈਂਸੀ ਹੈ ਹਾਂਜੀ ਵਾਹ 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 ਹਾਂਜੀ ਤੇ ਬਾਪੂ ਜੀ ਕਿੰਨਾ ਕੁ ਤੁਹਾਨੂੰ ਦਿਹਾੜੀ ਦੇ ਤੁਸੀਂ ਕਿੰਨੇ ਕੁ ਚੂੜੇ ਤਿਆਰ ਕਰ ਲੈਂਦੇ ਸੀ ਇੱਕ ਚੂੜੇ ਨੂੰ ਬਣਾਉਣ ਤੇ ਕਿੰਨਾ ਕੁ ਸਮਾਂ ਲੱਗਦਾ ਸੀ ਇੱਕ ਸਮਾਂ ਮਤਲਬ ਇੱਕ ਚੂੜੇ ਨੂੰ ਤਿਆਰ ਕਰਨ ਵਿੱਚ ਮਤਲਬ ਇੱਕ ਘੰਟੇ ਵਿੱਚ ਦੋ ਚੂੜੇ ਤਿਆਰ ਹੋ ਜਾਂਦੇ ਵਾਹ ਇਹ ਤਾਂ ਯਾਰ ਕਾਫੀ ਕੁ ਸੌਖਾ ਜਿਹਾ ਮੈਂ ਤਾਂ ਕਹਿੰਦੇ ਦੇ ਦੋ ਦਿਹਾੜੀਆਂ ਲੱਗਦੀਆਂ ਹੋਣਗੀਆਂ ਇੱਕ ਚੂੜੇ ਤੇ ਨਹੀਂ ਹੈ ਨਹੀਂ ਅਸੀਂ ਜੋ ਲਾਹ ਦਾ ਚੂੜਾ ਬਣਾਉਂਦੇ ਸੀ ਉਦੋਂ ਵੀ ਅਸੀਂ ਇੱਕ ਘੰਟੇ ਦੋ ਚੂੜੇ ਤਿਆਰ ਕਰਦੇ ਸੀ ਤੇ ਜੇ ਹੁਣ ਹੁਣ ਚੱਲਦਾ ਵਾ ਰੰਗ ਰੈਡੀਮੇਡ ਦਾ ਤੇ ਹੁਣ ਵੀ ਦੋ ਹੀ ਬਣਦੇ ਆ ਹੁਣ ਭਾਰਾ ਮਾਲ ਹੋ ਗਿਆ ਵਧੀਆ ਮਾਲ ਹੋ ਗਿਆ ਫੈਂਸੀ ਡੱਬੀਆਂ ਨੇੜੇ ਹੋ ਗਈਆਂ ਅੱਛਾ ਹਾਂਜੀ ਆ ਸਾਰੇ ਸੰਦ ਪਏ ਤੁਹਾਡੇ ਹਾਂਜੀ 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 ਆ ਜਿਹੜੇ ਆ ਚੂੜੇ ਬੰਨਣ ਵਾਲੇ ਆ ਨਾ ਹਾਂਜੀ 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 ਹਾਂ ਤੇ ਕਿੰਨੇ ਕੁ ਚੂੜੇ ਤਿਆਰ ਕਰਦੇ ਸੀ ਫਿਰ ਤੁਸੀਂ ਦਿਹਾੜੀ ਚ ਉਦੋਂ ਜਦੋਂ ਪੂਰਾ ਕੰਮ ਸੀਜ਼ਨ ਤੇ ਹੁੰਦਾ ਜਾਂ ਅਸੀਂ ਵਿਆਹਾਂ ਦਾ ਸੀਜ਼ਨ ਹੁੰਦਾ ਜਾਂ ਘੱਟੋ ਘੱਟ ਮੈਂ 20-25 ਚੂੜੇ ਤਿਆਰ ਕਰ ਦਿੰਦਾ ਸੀ ਇੱਕ ਦਿਹਾੜੀ ਦੇ ਵਿੱਚ ਹਾਂਜੀ ਇੱਕ ਦਿਹਾੜੀ 20-25 ਚੂੜੇ ਤਿਆਰ ਕਰਦਾ ਸੀ ਮੈਂ ਹਫ਼ਤੇ ਪਿੱਛੋਂ ਅੰਮ੍ਰਿਤਸਰ ਜਾਂਦਾ ਸਾਂ ਮਾਲ ਦੇਣ ਵਾਸਤੇ ਅੱਛਾ ਮਾਲ ਦੇਣ ਜਾਂਦੇ ਤੁਸੀਂ ਅੰਮ੍ਰਿਤਸਰ ਹਾਂਜੀ ਮੈਂ ਦੁਕਾਨਾਂ ਦੇ ਸਪਲਾਈ ਕਰਨਾ ਸਪਲਾਈ ਕਰਨ ਵਾਸਤੇ ਹਾਂਜੀ ਅੱਛਾ ਤੇ ਇੱਕ ਦੋ ਦੁਕਾਨਦਾਰ ਮੇਰੇ ਸੀ ਤੇ ਮੇਰੇ ਨਾਲ ਮਤਲਬ ਕਿ 20 ਸਾਲ ਇੱਕ ਦੁਕਾਨਦਾਰ ਨੇ ਮੇਰੇ ਨਾਲ ਕੀਤਾ ਕੰਮ ਅੱਛਾ ਤੇ 22 ਸਾਲ ਹੀ ਇੱਕ ਨੇ ਬਾਪੂ ਜੀ ਹੁਣ ਮੈਂ ਵੇਣਾ ਬੜਾ ਛੋ ਛੱਪਾ ਹੋ ਗਿਆ ਬਜ਼ਾਰੀਆਂ ਦੇ ਦੁਕਾਨਾਂ ਦੇ ਬੜੇ ਚੂੜੇ ਪਏ ਆ ਕਈ ਕਈ ਹਾਰ ਦੇ ਪਏ ਆ ਹਾਂਜੀ ਹਨਾ ਹੁਣ ਤਾਂ ਲੋਕੀ ਪੈਸੇ ਜਿੰਨੇ ਮਰਜ਼ੀ ਲਾ ਲਓ ਤੇ ਜਿੰਨੇ ਮਰਜ਼ੀ ਵਾਲਾ ਚੂੜਾ ਲਾ ਲਓ ਤੇ ਆਪਣਾ ਰੇਟ ਉਦੋਂ ਕਿੰਨਾ ਸੀ ਚੂੜੇ ਦਾ ਉਦੋਂ ਹਿਸਾਬ ਲਓ ਤੁਸੀਂ ਮੇਰੇ ਕੋਲੋਂ ਫਰੀਦਕੋਟ ਦਾ ਇਲਾਕਾ ਤੇ ਫਿਰੋਜ਼ਪੁਰ ਦਾ ਇਲਾਕਾ ਸਾਰਾ ਹੀ ਮੇਰੇ ਕੋਲ ਬਹੁਤ ਚੂੜੇ ਲੈਣ ਆਉਂਦੇ ਕਮੋਦ ਸਿੰਘ ਸਾਡੇ ਦੋਸਤੋ ਹੁਣ 15-15 ਹਜ਼ਾਰ ਦੇ ਚੂੜੇ ਪਏ ਆ ਲੋਕਾਂ ਨੂੰ ਲੁੱਟੀ ਆ ਅਸੀਂ ਤਾਂ ਹੁਣ ਵੀ 2000-1500 ਦਾ ਦੇ ਦਿੰਦੇ ਆ ਤੇ ਜਿਹੜਾ ਫਰੀ ਮਤਲਬ ਜੀ ਬੱਚਾ ਨਹੀਂ ਪੈਸੇ ਦੇਣ ਜੋਗਾ ਕੋਈ ਉਹ ਆਹਦਾ ਪਸੰਦ ਉਹਦੇ ਇਹ ਚੂੜਾ ਵੀ ਮੈਂ ਇਹੋ ਹੀ ਪਾਉਣਾ ਵਾ ਬਾਪੂ ਜੀ ਦੇ ਦਿੰਦੇ ਨੇ ਏਡੀ ਕੋਈ ਗੱਲ ਨੀ ਤੇ ਬੜੀ ਮਿਹਨਤ ਵੀ ਲੱਗਦੀ ਇਸ ਕੰਮ ਤੇ ਬਾਪੂ ਜੀ ਇਹਦੇ ਵਿੱਚੋਂ ਫਿਰ ਫੁੱਲ ਕਮਾਈ ਕੀਤੀ ਏ ਘਰ ਪੂਰਾ ਤੋਲਿਆ ਹਾਂਜੀ ਹਾਂਜੀ ਪੂਰਾ ਪੂਰਾ ਜੀ ਹਾਂਜੀ ਅੱਛਾ ਹੁਣ ਆਹ
ਤੁਹਾਡੇ ਬਾਪੂ ਜੀ ਫਿਰ ਸਾਰੇ ਸਾਂਧੀ ਨੇ? ਹਾਂਜੀ 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 ਬੱਚੇ ਛੋਟੇ ਹਾਂਜੀ 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 ਨਿੱਕੀਆਂ ਚੂੜੀਆਂ ਬਣਾਉਣੀਆਂ ਹਨਾ? ਹਾਂਜੀ ਹਾਂਜੀ ਕੱਲੇ ਚੂੜੀ ਬਣਾਉਂਦੇ ਸੀ ਨਾ, ਚੂੜੀਆਂ ਬਣਾ ਲੈਂਦੇ ਸੀ? ਨਹੀਂ ਚੂੜੀਆਂ ਦੇ ਨਾਲ ਬਿੰਦੀਆਂ ਬਣਾਈ ਦੀਆਂ ਸੀ ਇਹਨਾਂ ਨੂੰ ਲਾਉਣ ਵਾਸਤੇ ਜੀ। ਬਿੰਦੀਆਂ ਕਿਵੇਂ ਬਣਦੀਆਂ ਸੀ? ਐਤਰਾ ਪਾਈ ਨੇ ਬਿੰਦੀਆਂ ਦੇ ਉੱਤੇ। ਅੱਛਾ ਵਾਹ 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 ਬਹੁਤ ਵਾਹ ਜੀ ਵਾਹ ਵਾਹ ਕੰਮ ਤਾਂ ਯਾਰ ਕੁਛ ਵੀ ਨਹੀਂ ਗਾ ਪਰ ਯਾਰ ਕਮਾਲ ਦੀ ਕਾਰਾਗਰੀ ਆ, ਕਮਾਲ ਦੀ ਕਾਰਾਗਰੀ ਆ। ਆਪਾਂ ਕਹਿੰਦੇ ਸੀ, ਮੈਂ ਕਹਿੰਦਾ ਸੀ ਪਤਾ ਨਹੀਂ ਖਰੇ ਰੰਗ ਨਾਲ ਹੀ ਬਣਾਉਂਦੇ ਆ, ਪਰ ਨਹੀਂ ਇਹ ਤਾਂ ਕਾਰੀਗਰੀ ਦਾ ਕੰਮ ਸਾਰਾ। ਇਹ ਸਾਰਾ ਵੇਖ ਲਓ ਬਿੰਦੀਆਂ ਕਿਵੇਂ ਲੱਗਦੀਆਂ ਨੇ ਚੂੜੇ ਨੂੰ, ਤੇ ਬੜਾ ਵਧੀਆ ਬਾਪੂ ਜੀ ਤੁਹਾਡਾ ਤੁਹਾਨੂੰ ਅੱਜ ਮਿਲ ਕੇ ਲੱਗਾ, ਤੁਸੀਂ ਇੰਨੀ ਜਾਣਕਾਰੀ ਸਾਨੂੰ ਦਿੱਤੀ ਹੈ। ਕੋਈ ਗੱਲ ਬਾਤ ਮੈਥੋਂ ਪੁੱਛਣੋਂ ਰਹਿ ਗਈ ਹੋਵੇ ਤਾਂ ਤੁਸੀਂ ਦੱਸ ਦਿਓ, ਕੋਈ ਗੱਲ ਨਹੀਂ ਵੀ ਆਹ ਤੁਸੀਂ ਚੀਜ਼ ਬੂਟਾ ਜੀ ਨਹੀਂ ਪੁੱਛੀ ਜਾਂ ਕੋਈ ਚੀਜ਼ ਬਣਾ ਕੇ ਖਾਓ ਸਾਨੂੰ ਹੋਰ ਨਹੀਂ ਜੀ। ਬਿੰਦੀਆਂ ਬਣਾ ਕੇ ਖਾਣਾ ਵਾ। ਅੱਛਾ ਅੱਛਾ ਬਿੰਦੀਆਂ ਉਹ ਤੁਹਾਡਾ ਵਾਹ 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 ਇਹ ਹੁਣ ਲਾ ਰੰਗ ਹੋ ਗਿਆ ਨਾ ਬਿੰਦੀ ਦੇ, ਕਈ ਆਖਣਗੇ ਵੀ ਕਿਉਂ ਕਿਵੇਂ ਬਣ ਗਈ। ਅੱਛਾ ਅੱਜ ਕੱਲ ਭਾਵੇਂ ਮਸ਼ੀਨਾਂ ਆ ਗਈਆਂ ਨੇ ਪਰ ਜੋ ਨਜ਼ਾਰਾ ਇਸ ਕੰਮ ਦਾ ਸੀ, ਅੱਛੀ ਕਿਤੇ ਕੰਮ ਦਾ ਸੀ, ਉਹ ਮਸ਼ੀਨਾਂ ਨਾਲ ਉਹ ਸਕੂਨ ਨੀ ਗਾ, ਉਹ ਸਵਾਦ ਨੀ ਗਾ ਹਨਾ, ਜਿਹੜਾ ਕੰਮ ਆਪਦੇ ਹੱਥੀ ਕਰਨਾ। ਅੱਛਾ ਐ ਬਿੰਦੀਆਂ ਜਿਹੜੀਆਂ ਉਹ ਬਣਦੀਆਂ ਸੀ ਹਨਾ। ਇਹ ਫਿਰ ਬਾਪੂ ਜੀ ਮੈਂ ਤੁਹਾਨੂੰ ਨਾਲ ਨਾਲ ਗੱਲਾਂ ਵੀ ਸਵਾਲ ਵੀ ਪੁੱਛੀ ਜਾਂਦਾ, ਇਹ ਸਮਾਨ ਫਿਰ ਕਿੱਥੋਂ ਲਿਆਉਂਦੇ ਸੀ ਤੁਸੀਂ? ਆ ਜਿਹੜਾ ਸਾਰਾ ਕੁਝ ਅੰਮ੍ਰਿਤਸਰ ਤੋਂ ਮਿਲਦਾ ਹੈ, ਅੰਮ੍ਰਿਤਸਰੋਂ ਮਿਲ ਜਾਂਦਾ? ਹਾਂਜੀ ਹਾਂਜੀ। ਅੱਛਾ ਅੱਛਾ ਅੰਮ੍ਰਿਤਸਰੋਂ ਤੁਸੀਂ ਸਮਾਨ ਮਿਲ ਜਾਂਦਾ ਸੀ, ਉੱਥੇ ਤੁਸੀਂ ਵੇਚ ਆਉਂਦੇ ਸੀ? ਹਾਂਜੀ ਉੱਥੇ ਫਿਰ ਬਣਾ ਕੇ ਫਿਰ ਉੱਥੇ ਵੇਚ ਦੇਈਦਾ ਸੀ, ਹਫ਼ਤੇ ਬਾਅਦ ਜਾਂਦੇ ਹੁੰਦੇ ਸੀ? ਹਾਂਜੀ ਹਾਂਜੀ। ਅੱਛਾ ਹਫ਼ਤਾ ਚੂੜਾ ਬਣਾਈ ਜਾਣੇ ਚੂੜੇ ਘਰੇ ਹਨਾ? ਹਾਂਜੀ ਹਾਂਜੀ। ਤੇ ਬਾਅਦ ਚ ਬੱਸ ਤੇ ਉਹਨਾਂ ਨੂੰ ਲੈ ਕੇ ਜਾਣਾ, ਉਹਨਾਂ ਨੂੰ ਜਾ ਕੇ ਵੇਚਣਾ। ਤੇ ਬਾਪੂ ਜੀ ਕਿੰਨਾ ਕੁ ਸਕੂਨ ਮਿਲਦਾ ਕਿ ਮੈਂ ਸੱਜ ਵਿਆਹੀਆਂ ਵਹੁਟੀਆਂ ਦੇ ਹੱਥਾਂ ਵਿੱਚ ਮੇਰੇ ਚੂੜੇ ਪੈਂਦੇ ਨੇ ਜਾ ਕੇ ਹਨਾ, ਕਿੰਨਾ ਕੁ ਸਕੂਨ ਹੈ, ਕਿੰਨਾ ਕੁ ਮਤਲਬ ਕਿ ਖੁਸ਼ੀ ਹੁੰਦੀ ਹੈ, ਬੜੀ ਖੁਸ਼ੀ ਹੁੰਦੀ ਹੈ ਜੀ ਵੀ ਹਰੇਕ ਸੱਜ ਵਿਆਹੀ ਦੇ ਚੂੜਾ ਪੈਣਾ ਹਨਾ, ਸਾਡਾ ਚੂੜਾ ਪੈਣਾ, ਸਾਡਾ ਚੂੜਾ ਪਵੇ ਹਨਾ, ਤੇ ਬੜੀ ਖੁਸ਼ੀ ਵਾਲੀ ਗੱਲ ਆ ਹਨਾ। ਵਾਕਈ ਜਿਹੜੀ ਚੀਜ਼ ਆ ਇਹ ਖੁਸ਼ੀ ਦੀ ਨਿਸ਼ਾਨੀ ਆ, ਉਹਦਾ ਨਜ਼ਾਰਾ ਲਿਆ ਤਾ ਬਾਪੂ ਜੀ ਤੁਸੀਂ, ਵਾਹ ਵਾਹ ਵਾਹ। ਹੁਣ ਮੇਰੀ ਗੱਲ ਸੁਣੋ, ਵੀ ਅਸੀਂ ਬੁੱਢੇ ਹੋ ਗਏ ਆ ਤੇ ਸਾਨੂੰ ਨਹੀਂ ਇੰਨਾ ਸਮਝ ਲੱਗਦੀ। ਨਜ਼ਾਰਾ ਵੱਧ ਗਿਆ ਬਾਪੂ ਜੀ, ਵਾਹ ਵਾਹ ਵਾਹ, ਬਹੁਤ ਵਧੀਆ ਬਾਪੂ ਜੀ। ਅੱਜ ਤੁਸੀਂ ਚੂੜਾ ਜਿਹੜਾ ਬਣਾ ਕੇ ਵੀ ਵਿਖਾਇਆ, ਬਿੰਦੀਆਂ ਵੀ ਵਿਖਾਈਆਂ, ਇਸੇ ਤਰ੍ਹਾਂ ਆ ਬਿੰਦੀਆਂ ਅੱਗੇ ਲੱਗ ਜਾਣੀਆਂ, ਇਹਦੀਆਂ ਬਣ ਕੇ ਇਹ ਚੂੜਾ ਤਿਆਰ, ਇਹ ਤਿਆਰ, ਠੀਕ ਹੈ ਨਾ, ਬਿਲਕੁਲ। ਤੇ ਇਹ ਬਾਪੂ ਜੀ ਸਾਈਜ਼ ਬੜਾ ਛੋਟਾ ਜਿਹਾ, ਇਹ ਬੱਚਿਆਂ ਦਾ, ਉਹ ਸ਼ੌਕ ਨਾਲ ਵੀ ਪਾ ਲੈਂਦੇ ਬੱਚੇ, ਹਾਂ ਜਿਹੜੇ ਵੱਡੇ ਚੂੜੇ ਹੁੰਦੇ ਆ ਉਹਦਾ ਸਾਈਜ਼ ਤਾਂ ਥੋੜਾ ਜਿਹਾ ਵੱਡਾ ਹੀ ਹੁੰਦਾ। ਹਾਂ ਜੀ ਹਾਂ ਜੀ ਹਾਂ। ਤੇ ਬਾਪੂ ਜੀ ਹੋਰ ਕੋਈ ਗੱਲਬਾਤ ਤੁਸੀਂ ਕਹਿਣੀ ਚਾਹੋਗੇ? ਹੋ ਸਾਡੇ ਦੋਸਤਾਂ ਮਿੱਤਰਾਂ ਨੂੰ ਜਿਹੜੇ ਵੇਖ ਰਹੇ ਨੇ, ਉਹਨਾਂ ਨੇ ਇਹਨੂੰ ਸ਼ੇਅਰ ਵੀ ਕਰਨਾ, ਉਹਨਾਂ ਨੇ ਵੇਖਣਾ ਵੀ ਹੈ, ਅਸੀਂ ਸਾਰੇ ਵੇਖਣ ਵਾਲਿਆਂ ਦਾ ਧੰਨਵਾਦ ਕਰਦੇ ਹਾਂ। ਹਾਂਜੀ ਜਿਹੜੇ ਵੇਖਣਗੇ ਸਾਨੂੰ, ਤੇ ਅੱਗੇ ਉਹ ਸਾਨੂੰ ਦੱਸਣ, ਵੇਖਣ
ਸਾਨੂੰ ਪੁੱਛਣ ਵੀ ਕੀ ਗੱਲ ਠੀਕ ਹੈ ਜੀ, ਚੰਗਾ ਮਾੜਾ ਕਹਿਣ। ਹਾਂ ਬਿਲਕੁਲ ਬਿਲਕੁਲ, ਤੇ ਬੜੇ ਲੋਕ ਇਹਨੂੰ ਵਧੀਆ ਕਹਿਣਗੇ ਕਿਉਂਕਿ ਇਹੋ ਜਿਹੀਆਂ ਚੀਜ਼ਾਂ ਇਹ ਕੋਈ ਨੀ ਵਿਖਾਉਂਦਾ, ਅਸੀਂ ਵਿਖਾਉਣੇ ਆ। ਅਸੀਂ ਪੁਰਾਤਨ ਚੀਜ਼ਾਂ, ਮੈਂ ਪੁਰਾਤਨ ਚੀਜ਼ਾਂ ਦੀ ਸੰਭਾਲ ਕਰਦਾ, ਤੁਹਾਡੇ ਵਰਗਿਆਂ ਨੂੰ ਮਿਲਦਾ ਜਿਹੜੀ ਉਹ ਪੁਰਾਤਨ ਨਾਲ ਜੁੜੇ ਆ, ਤੇ ਮੈਂ ਉਹ ਮਿਲਦਾ। ਮੈਂ ਬੂਟਾ ਗੁਲਾਮੀ ਵਾਲਾ, ਤੇ ਮੇਰੇ ਨਾਲ ਕੈਮਰਾਮੈਨ ਮੁਖਤਿਆਰ ਸਿੰਘ ਭੁੱਲਰ, ਅੱਜ ਤੁਹਾਡੇ ਕੋਲ ਬਾਪੂ ਜੀ ਪਹੁੰਚੇ ਆ, ਗੱਲਬਾਤ ਕਰਕੇ ਨਜ਼ਾਰਾ ਬੜਾ ਆਇਆ, ਤੇ ਬਹੁਤ ਬਹੁਤ ਤੁਹਾਡਾ ਧੰਨਵਾਦ। ਸਤਿ ਸ੍ਰੀ ਅਕਾਲ।